ਹੈਲੋ ਦੋਸਤੋ Best Viewcher Education ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ ਇਸ ਵੀਡੀਓ ਵਿੱਚ ਆਪਾਂ ਕਰ ਰਹੇ ਹਾਂ ਪੰਜਾਬ ਜੀਕੇ ਰਿਲੇਟਡ ਟੌਪ 20 ਕੁਐਸਚਨ ਜੋ ਕਿ ਆਉਣ ਵਾਲੀ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਲਈ ਮਹੱਤਵਪੂਰਨ ਰਹਿਣ ਵਾਲੇ ਨੇ। ਤਾਂ ਦੋਸਤੋ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਣਾ। ਇਹਦੇ ਨਾਲ ਹੀ ਚੈਨਲ ਤੇ ਫਸਟ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਲੱਗੇ ਬੈਲ ਆਈਕਨ ਦੀ ਕੰਟੀਨਿਊ ਪ੍ਰੈਸ ਕਰਕੇ ਆਲ ਨੋਟੀਫਿਕੇਸ਼ਨ ਆਨ ਜ਼ਰੂਰ ਕਰ ਲੈਣਾ ਤਾਂ ਕਿ ਸਾਡੇ ਵੱਲੋਂ ਜਦ ਵੀ ਕੋਈ ਨਵੀਂ ਵੀਡੀਓ ਅਪਲੋਡ ਹੋਵੇ ਤੁਹਾਡੇ ਤੱਕ ਨੋਟੀਫਿਕੇਸ਼ਨ ਪਹੁੰਚੇ। ਕੁਐਸਚਨ ਨੰਬਰ ਦਾ ਰਾਈਟ ਆਨਸਰ ਹੈ ਕੁਲਤਾ ਸਿੰਘ ਸੰਧਵਾਨ ਠੀਕ ਹੈ ਕੁਲਤਾ ਸਿੰਘ ਸੰਧਵਾਨ ਜੋ ਪੰਜਾਬ ਦੇ ਮੌਜੂਦਾ ਵਿਧਾਨ ਸਭਾ ਦੇ ਸਪੀਕਰ ਹਨ ਜੋ ਕਿ ਆਪ ਪਾਰਟੀ ਨਾਲ ਸੰਬੰਧਿਤ ਨੇ ਮਲੇਰਕੋਟਲਾ ਕਿਸ ਜ਼ਿਲ੍ਹੇ ਦਾ ਹਿੱਸਾ ਸੀ ਤਾਂ ਰਾਈਟ ਆਨਸਰ ਹੈ ਸੰਗਰੂਰ ਤਾਂ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜੋ ਮਲੇਰਕੋਟਲਾ ਪੰਜਾਬ ਦਾ 23ਵਾਂ ਜ਼ਿਲ੍ਹਾ ਬਣਿਆ ਹੈ ਉਸ ਤੋਂ ਪਹਿਲਾਂ ਇਹ ਸੰਗਰੂਰ ਦਾ ਹਿੱਸਾ ਸੀ ਪੰਜਾਬ ਰਾਜ ਸਭਾ ਦੀਆਂ ਕਿੰਨੀਆਂ ਸੀਟਾਂ ਹਨ ਤਾਂ ਰਾਈਟ ਆਨਸਰ ਹੈ 7 ਠੀਕ ਹੈ ਜੀ ਪੰਜਾਬ ਰਾਜ ਸਭਾ ਦੀਆਂ 7 ਸੀਟਾਂ ਹਨ ਜੇਕਰ ਲੋਕ ਸਭਾ ਦੀ ਗੱਲ ਕਰੀਏ ਤਾਂ ਲੋਕ ਸਭਾ ਦੀਆਂ 13 ਸੀਟਾਂ ਹਨ ਐਂਡ ਵਿਧਾਨ ਸਭਾ ਦੀਆਂ ਜੋ 117 ਸੀਟਾਂ ਹਨ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈ ਤਾਂ ਰਾਈਟ ਆਨਸਰ ਹੈ 50362 ਵਰਗ ਕਿਲੋਮੀਟਰ ਐਂਡ ਦੋਸਤੋ ਜੋ ਪਿੰਡੂ ਏਰੀਆ ਹੈ 48265 ਵਰਗ ਕਿਲੋਮੀਟਰ ਹੈ ਐਂਡ ਜੋ ਸਹਿਰੀ ਏਰੀਆ ਹੈ ਪੰਜਾਬ ਦਾ 2097 ਵਰਗ ਕਿਲੋਮੀਟਰ ਹੈ ਥੀਨ ਡੈਮ ਕਿਸ ਨਦੀ ਤੇ ਬਣਿਆ ਹੋਇਆ ਹੈ ਤਾਂ ਰਾਈਟ ਆਨਸਰ ਹੈ ਰਾਵੀ ਠੀਕ ਹੈ ਜੀ ਥੀਨ ਡੈਮ ਜੋ ਰਾਵੀ ਨਦੀ ਤੇ ਬਣਿਆ ਹੋਇਆ ਹੈ ਐਂਡ ਦੋਸਤੋ ਜੋ ਥੀਨ ਡੈਮ ਦਾ ਇੱਕ ਹੋਰ ਨਾਮ ਰੰਜੀਤ ਸਾਗਰ ਡੈਮ ਵੀ ਹੈ ਤਾਂ ਤੁਸੀਂ ਯਾਦ ਰੱਖਣਾ ਹੈ ਤੁਹਾਨੂੰ ਰੰਜੀਤ ਸਾਗਰ ਡੈਮ ਵੀ ਪੁੱਛਿਆ ਜਾ ਸਕਦਾ ਹੈ ਐਂਡ ਥੀਨ ਡੈਮ ਵੀ ਤਾਂ ਉਹ ਰਾਈਟ ਆਨਸਰ ਆਪਣਾ ਰਾਵੀ ਨਦੀ ਹੋਵੇਗਾ 12ਮਾ ਅਤੇ ਅਸਾ ਦੀ ਵਾਰ ਕਿਹੜੇ ਗੁਰੂ ਦੀਆਂ ਰਚਨਾਵਾਂ ਹਨ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੇ 12 ਮਾਤੇ ਆਸਾਦੀ ਬਾਹ ਸਿੱਖ ਧਰਮ ਦੇ ਪਹਿਲੇ ਸ਼ਹੀਦ ਕੌਣ ਸਨ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਠੀਕ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਜੋ ਸਿੱਖ ਧਰਮ ਦੇ ਪਹਿਲੇ ਸ਼ਹੀਦ ਹੋਏ ਦੂਜੇ ਐਂਗਲੋ ਸਿੱਖ ਯੁੱਧ ਦੀ ਕਿਸ ਲੜਾਈ ਨੂੰ ਬੈਟਲ ਆਫ ਗਨ ਕਿਹਾ ਜਾਂਦਾ ਹੈ ਤਾਂ ਰਾਈਟ ਆਨਸਰ ਹੈ ਗੁਜਰਾਤ ਦੀ ਲੜਾਈ ਠੀਕ ਹੈ ਜੀ ਜੋ ਕਿ 1849 ਨੂੰ ਹੋਈ ਸੀ ਤਾਂ ਦੋਸਤੋ ਇਸ ਵਿੱਚ ਪਹਿਲੀ ਵਾਰ ਜੋ ਤੋਪਾਂ ਦੀ ਵਰਤੋਂ ਕੀਤੀ ਗਈ ਸੀ ਤਾਂ ਇਸ ਕਰਕੇ ਇਸ ਨੂੰ ਬੈਟਲ ਆਫ ਗਨ ਕਿਹਾ ਜਾਂਦਾ ਹੈ ਤਾਂ ਦੋ ਦੂਸਰਾ ਐਂਗਲੋ ਸਿੱਖ ਜੁੱਧ ਹੋਇਆ ਸੀ 1848 ਤੋਂ ਲੈ ਕੇ 1849 ਵਿਚਕਾਰ ਹੋਇਆ ਸੀ ਤੇ ਗੁਜਰਾਤੀ ਜੋ ਲੜਾਈ ਆਖਰੀ ਲੜਾਈ ਸੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਕਿੰਨੇ ਜ਼ਿਲ੍ਹੇ ਸਨ ਤਾਂ ਰਾਈਟ ਆਨਸਰ ਹੈ 29 ਜ਼ਿਲ੍ਹੇ ਜਨਕਿ ਦੋਸਤੋ ਜਦੋਂ ਹਜੇ ਭਾਰਤ ਦੀ ਵੰਡ ਨਹੀਂ ਹੋਈ ਸੀ ਤਾਂ ਉਸ ਟਾਈਮ ਜੋ ਪੰਜਾਬ ਦੇ 29 ਜ਼ਿਲ੍ਹੇ ਸਨ ਐਂਡ ਵੰਡ ਤੋਂ ਬਾਅਦ ਜੋ 16 ਜ਼ਿਲ੍ਹੇ ਪਾਕਿਸਤਾਨ ਵੱਲ ਚਲੇ ਗਏ ਸਨ ਐਂਡ ਜੋ 13 ਜ਼ਿਲ੍ਹੇ ਭਾਰਤੀ ਪੰਜਾਬ ਵੱਲ ਰਹਿ ਗਏ ਸਨ ਪੰਜਾਬ ਦਾ ਰਾਜ ਦਰਖਤ ਕਿਹੜਾ ਹੈ ਤਾਂ ਰਾਈਟ ਆਨਸਰ ਹੈ ਸੀਸਮ ਠੀਕ ਹੈ ਇਸ ਨੂੰ ਟਾਲੀ ਕਿਹਾ ਜਾਂਦਾ ਹੈ ਤਾਂ ਇਹ ਜੋ ਪੰਜਾਬ ਦਾ ਰਾਜ ਦਰਖਤ ਹੈ ਕਾਮਾਗਾਟਾ ਮਾਰੂ ਦੀ ਘਟਨਾ ਕਦੋਂ ਵਾਪਰੀ ਤਾਂ ਰਾਈਟ ਆਨਸਰ ਹੈ 1914 ਇਸਵੀ ਨੂੰ ਠੀਕ ਹੈ ਜੀ ਕਾਮਾਗਾਟਾ ਮਾਰੂ ਜੋ ਕਿ ਇੱਕ ਸਮੁੰਦਰੀ ਜਹਾਜ਼ ਸੀ ਪਾਪਨਾ ਚੱਲਣ ਵਾਲਾ ਜੋ ਕਿ ਬਾਬਾ ਗੁਰਦੇਵ ਸਿੰਘ ਵੱਲੋਂ ਜੋ ਕਰਾਇਤੇ ਲਿਆ ਗਿਆ ਸੀ ਪੰਜਾਬੀ ਯੂਨੀਵਰਸਿਟੀ ਦੀ ਸਥਾਪਨਾ ਕਦੋਂ ਹੋਈ ਤਾਂ ਰਾਈਟ ਆਨਸਰ ਹੈ 1962 ਠੀਕ ਹੈ ਪੰਜਾਬੀ ਯੂਨੀਵਰਸਿਟੀ ਦੀ ਜੋ ਸਥਾਪਨਾ 1962 ਨੂੰ ਹੋਈ ਸੀ ਸਟੀਲ ਸਿਟੀ ਆਫ ਪੰਜਾਬ ਕਿਸ ਸ਼ਹਿਰ ਨੂੰ ਕਿਹਾ ਜਾਂਦਾ ਹੈ ਤਾਂ ரைਟ ਆਨਸਰ ਹੈ ਮੰਡੀ ਗੋਵਿੰਦਗੜ੍ਹ ਠੀਕ ਹੈ ਮੰਡੀ ਗੋਵਿੰਦਗੜ੍ਹ ਨੂੰ ਜੋ ਸਟੀਲ ਸਿਟੀ ਆਫ ਪੰਜਾਬ ਕਿਹਾ ਜਾਂਦਾ ਹੈ ਪੈੱਟੂ ਨੂੰ ਪੰਜਾਬ ਵਿੱਚ ਕਦੋਂ ਮਿਲਾਇਆ ਗਿਆ ਤਾਂ ரைਟ ਆਨਸਰ ਹੈ 1955 ਠੀਕ ਹੈ ਇਹ ਪੈਪਸੋ ਨੂੰ ਜੋ ਪੰਜਾਬ ਵਿੱਚ ਮਰਜ 1952 ਵਿੱਚ ਕੀਤਾ ਗਿਆ ਸੀ ਐਂਡ ਜੋ ਪੈਪਸੋ ਸਟੈਬਲਿਸ਼ ਹੋਇਆ ਸੀ 1948 ਵਿੱਚ ਪੰਜਾਬ ਨਾਲ ਕਿੰਨੇ ਰਾਜਾਂ ਦੀ ਹੱਦ ਲੱਗਦੀ ਹੈ ਤਾਂ ਰਾਈਟ ਆਨਸਰ ਹੈ 3 ਠੀਕ ਹੈ ਪੰਜਾਬ ਨਾਲ ਜੋ ਤਿੰਨ ਰਾਜਾਂ ਦੀ ਹੱਦ ਲੱਗਦੀ ਹੈ ਹਰਿਆਣਾ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਐਂਡ ਦੋਸਤੋ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿ ਪੰਜਾਬ ਨਾਲ ਕਿੰਨੇ ਕੇਂਦਰ ਸਸ਼ਸਤ ਪ੍ਰਦੇਸ਼ਾਂ ਦੀ ਹੱਦ ਲੱਗਦੀ ਹੈ ਤਾਂ ਆਪਣਾ ਰਾਈਟ ਆਨਸਰ ਦੋ ਹੋਵੇਗਾ ਉਹ ਹਨ ਚੰਡੀਗੜ੍ਹ ਤੇ ਜੰਮੂ ਕਸ਼ਮੀਰ ਸਹੀਦ 우ਦਮ ਸਿੰਘ ਨੂੰ ਕਿੱਥੇ ਸਹੀਦ ਕੀਤਾ ਗਿਆ ਤਾਂ ਰਾਈਟ ਆਨਸਰ ਹੈ ਲੰਡਨ ਠੀਕ ਹੈ ਜੀ ਸਹੀਦ 우ਦਮ ਸਿੰਘ ਨੂੰ ਜੋ ਲੰਡਨ ਵਿੱਚ 31 ਜੁਲਾਈ 1940ਵੀਂ ਨੂੰ ਸ਼ਹੀਦ ਕੀਤਾ ਗਿਆ ਮੰਜੀ ਪ੍ਰਥਾ ਦੀ ਸਥਾਪਨਾ ਕਿਸ ਗੁਰੂ ਸਾਹਿਬ ਨੇ ਕੀਤੀ ਤਾਂ ਰਾਈਟ ਆਨਸਰ ਹੈ ਸ੍ਰੀ ਗੁਰੂ ਅਮਰਦਾਸ ਜੀ ਠੀਕ ਹੈ ਜੀ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਜੋ ਮੰਜੀ ਪ੍ਰਥਾ ਦੀ ਸਥਾਪਨਾ ਕੀਤੀ ਗਈ ॠग्वैदिक ਸਮੇਂ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਤਾਂ ਰਾਈਟ ਆਨਸਰ ਹੈ ਸੱਤ ਸਿੰਧੂ ਠੀਕ ਹੈ ਜੀ ਰਗਵੇਦਿਕ ਕਾਲ ਵਿੱਚ ਜੋ ਪੰਜਾਬ ਨੂੰ ਸੱਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਵਿਆਸ ਅਤੇ ਸਤਲੁਜ ਦੇ ਵਿਚਕਾਰਲੇ ਖੇਤਰ ਨੂੰ ਕੀ ਕਹਿੰਦੇ ਹਨ ਤਾਂ ਰਾਈਟ ਆਨਸਰ ਹੈ ਦੁਆਬਾ ਠੀਕ ਹੈ ਜੀ ਵਿਆਸ ਤੇ ਸਤਲੁਜ ਦਾ ਜੋ ਵਿਚਕਾਰਲਾ ਇਲਾਕਾ ਇਸ ਨੂੰ ਦੁਆਬਾ ਕਿਹਾ ਜਾਂਦਾ ਹੈ ਇਸ ਤਰ੍ਹਾਂ ਦੋਸਤੋ ਅੱਜ ਦੇ ਟੌਪ 20 ਕੁਐਸਚਨਸ ਸਮਾਪਤ ਹੋਏ ਨੇ ਦੋਸਤੋ ਜੋ ਵੀ ਆਪਾਂ 20 ਕੁਐਸਚਨ ਕੀਤੇ ਨੇ ਇਹ ਰਿਪੀਟਡ ਕੁਐਸਚਨ ਨੇ ਜੋ ਕਿ ਪੰਜਾਬ ਲੈਵਲ ਦੇ ਹਰ ਇੱਕ ਐਗਜ਼ਾਮ ਵਿੱਚ ਦੇਖਣ ਨੂੰ ਮਿਲਦੇ ਨੇ ਆਈ ਹੋਪ ਕਿ ਦੋਸਤੋ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਣੀ ਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵਾਤੋਂ-ਵਾਤ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ